ਸਾਹਿਬ, ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਸੋਸ਼ਲ ਮੀਡੀਆ ਦੇ ਆਈਡੀ ਸਾਹਿਬ, ਅੱਜ ਅਸੀਂ ਲੋਕ ਸੇਵਾ ਸੁਸਾਇਟੀ ਵੱਲੋਂ ਜੋ ਕਿ ਸੋਮਾ ਰਾਸ਼ਨ ਵਿਤਰਨ ਸਮਾਰੋਹ ਪਿੰਡਗੰਜ ਵਿਖੇ ਕਰਵਾਇਆ ਜਾ ਰਿਹਾ, ਉਸ ਵਿੱਚ ਪਹੁੰਚੇ ਸੀ। ਔਰ ਦੋਸਤੋ, ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਲੋਕ ਸੇਵਾ ਸੁਸਾਇਟੀ ਦੇ ਮੋਨੋ ਸਰੋਹਾ ਜੀ ਔਰ ਮੇਰੀ ਸਾਰੀ ਟੀਮ ਪਿਛਲੇ 100 ਮਹੀਨਿਆਂ ਤੋਂ ਲਗਾਤਾਰ ਦਿਨ ਰਾਤ ਕਰਕੇ ਜ਼ਰੂਰਤਮੰਦ ਮਹਿਲਾਵਾਂ ਨੂੰ, ਜ਼ਰੂਰਤਮੰਦ ਪਰਿਵਾਰਾਂ ਨੂੰ ਸੁੱਖਾ ਰਾਸ਼ਨ ਵੰਡ ਰਹੀ ਹੈ। ਜਿੱਥੇ ਇਹ ਸੁਸਾਇਟੀ ਲਗਾਤਾਰ ਇਹ ਸੇਵਾ ਕਰ ਰਹੀ ਹੈ, ਉੱਥੇ ਹੀ ਲੋਕਡਾਊਨ ਕਰਫਿਊ ਦੇ ਦਰਮਿਆਨ ਵੀ ਇਹਨਾਂ ਨੇ ਕਾਫੀ ਕੋਸ਼ਿਸ਼ ਕੀਤੀ, ਪਿੰਡਾਂ ਪਿੰਡਾਂ ਦੇ ਉੱਤੇ ਜਾ ਕੇ, ਹਰ ਮਹੱਲੇ ਦੇ ਵਿੱਚ ਜਾ ਕੇ, ਤਾਂ ਕਿ ਲੋਕਾਂ ਦੇ ਮੂੰਹ ਦੇ ਵਿੱਚ ਲੰਗਰ ਜਾ ਸਕੇ। ਔਰ ਪਰਮਾਤਮਾ ਦੀ ਨਾਂ 'ਤੇ ਅਪਾਰ ਕਿਰਪਾ ਹੈ, ਔਰ ਇਸੇ ਤਰ੍ਹਾਂ ਹੀ ਬਣੀ ਰਹੇ ਮੋਨੂ ਸਰੋਹਾ ਜੀ ਉੱਤੇ। ਔਰ ਸਾਡੀ ਮਾਤਾ ਸ਼ਕਤੀ ਸੰਤੋਸ਼ ਵੀਰ ਜੀ ਔਰ ਸਾਡੇ ਜਸਵੀਰ ਜੀ, ਸ਼ੋਕ ਜੀ, ਸਾਰੇ ਹੀ ਅੰਨੇ ਟੀਮ, ਬਹੁਤ ਵਧੀਆ ਟੀਮ ਹੈ। ਪਰਮਾਤਮਾ ਇਹਨਾਂ 'ਤੇ ਹਮੇਸ਼ਾ ਹੀ ਮੇਰਾ ਬਣਿਆ ਹੱਥ ਰੱਖੇ। ਔਰ ਮੈਂ ਬੇਨਤੀ ਕਰੂੰਗਾ, ਸਾਡੇ ਨਾਲ ਸਾਡਾ ਬਹੁਤ ਪਿਆਰਾ ਮਿੱਤਰ ਸ਼ੈਂਪੀ ਖੁਰਾਨਾ ਜੀ ਵੀ ਆਏ ਆ, ਸਾਡੇ ਅਮਿਤ ਅਰੋੜਾ ਜੀ, ਮੋਨੂ ਸਰੋਹਾ ਜੀ, ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਤੋਂ। ਜੈ ਹਿੰਦ, ਜੈ ਭਾਰਤ। ਅੱਜ ਲੋਕ ਸੇਵਾ ਸੁਸਾਇਟੀ ਦੇ ਵੱਲੋਂ 100ਵੇਂ ਰਾਸ਼ਨ ਵਿਤਰਨ ਸਮਾਰੋਹ ਦੇ ਵਿੱਚ, ਜਿੱਥੇ ਜ਼ਰੂਰਤਮੰਦ ਮਾਤਾਵਾਂ ਭੈਣਾਂ ਨੂੰ ਰਾਸ਼ਨ ਦੀ ਸੇਵਾ ਪ੍ਰਧਾਨ ਮੋਨੂ ਸਰੋਹਾ ਔਰ ਮੈਡਮ ਚੇਅਰਮੈਨ ਸੰਤੋਸ਼ ਵਿਜ ਜੀ ਦੀ ਅਧਿਅਕਸ਼ਤਾ ਦੇ ਵਿੱਚ ਕੀਤਾ ਜਾ ਰਿਹਾ, ਜਿਹਨੇ ਮੇਰੇ ਨਾਲ ਬੀਜੇਪੀ ਦੇ ਲੀਡਰ ਮੁਲਜੀ ਸੱਭਰਵਾਲ ਜੀ, ਸ਼ੈਂਪੀ ਖੁਰਾਨਾ ਜੀ, ਸਾਰੀ ਲੋਕ ਸੇਵਾ ਸੁਸਾਇਟੀ ਵੱਧ ਚੜ੍ਹ ਕੇ ਸੇਵਾ ਦੇ ਕੰਮ ਦੇ ਵਿੱਚ ਭਾਗ ਲੈਂਦੀ ਹੈ। ਔਰ ਜਿੱਥੇ ਇਹਨਾਂ ਦੇ ਵੱਲੋਂ ਲੋਕਡਾਊਨ ਦੇ ਦੌਰਾਨ ਵੀ ਘਰ ਘਰ ਜਾ ਕੇ ਜ਼ਰੂਰਤਮੰਦਾਂ ਨੂੰ ਲੰਗਰ ਦੀ ਸੇਵਾ ਦਿੱਤੀ ਗਈ ਸੀ, ਔਰ ਇਹਨਾਂ ਵੱਲ ਦੇਖ ਕੇ ਸਾਨੂੰ ਸਾਰਿਆਂ ਨੂੰ ਇਹ ਪ੍ਰੇਰਣਾ ਲੈਣੀ ਚਾਹੀਦੀ ਹੈ, ਅਸੀਂ ਵੀ ਵੱਧ ਚੜ੍ਹ ਕੇ ਇਹਨਾਂ ਦਾ ਸਾਥ ਦੇਈਏ ਔਰ ਸਹਿਯੋਗ ਕਰੀਏ, ਤਾਂ ਕਿ ਇਹ ਵੱਧ ਚੜ੍ਹ ਕੇ ਸੇਵਾ ਦੇ ਕੰਮ ਕਰਦੇ ਰਹਿਣ। ਜੈ ਹਿੰਦ, ਜੈ ਰਾਮ ਜੀ। ਅੱਜ ਲੋਕ ਸੇਵਾ ਸੁਸਾਇਟੀ ਦੀ ਔਰ 100ਵਾਂ ਰਾਸ਼ਨ ਵਿਤਰਨ ਸਮਾਰੋਹ ਹੋ ਰਿਹਾ, ਔਰ ਜਿਸ ਤਰੀਕੇ ਸੇ ਲੋਕਡਾਊਨ ਹੋਇਆ ਉਸਕੇ ਹਿਸਾਬ ਸੇ ਅੱਜ ਲੋਕ ਸੇਵਾ ਸੁਸਾਇਟੀ ਨੇ ਲੋਕਡਾਊਨ ਕਾ ਪਾਲਨ ਕਰਤੇ ਹੋਏ ਬੜੇ ਬੜੇ ਸਾਧਾਰਨ ਤਰੀਕੇ ਸੇ ਇਹ ਰਾਸ਼ਨ ਵਿਤਰਨ ਕੀਆ, ਔਰ 100ਵੇਂ ਰਾਸ਼ਨ ਵਿਤਰਨ ਤੱਕ ਪਹੁੰਚਣੇ ਮੇਂ ਜਿਸ ਪ੍ਰਕਾਰ ਸੇ ਸਭੀ ਮੈਂਬਰੋਂ ਨੇ ਆਪਣਾ ਯੋਗਦਾਨ ਦਿਆ, ਮੈਂ ਲੋਕ ਸੇਵਾ ਸੁਸਾਇਟੀ ਕੀ ਔਰ ਸੇ ਲੋਕ ਸੇਵਾ ਸੁਸਾਇਟੀ ਕੇ ਸਭੀ ਮੈਂਬਰੋਂ ਕਾ ਧੰਨਵਾਦ ਕਰਤਾ ਹੂੰ। ਔਰ ਜਿਸ ਪ੍ਰਕਾਰ ਸੇ ਪਰਦੇ ਕੇ ਪਿੱਛੇ ਰਹਿ ਕਰ ਹਮਾਰੇ ਬੀਚ ਮੇਂ ਭਾਰਤੀ ਜਨਤਾ ਪਾਰਟੀ ਕੇ ਗੋਲਡੀ ਸੱਭਰਵਾਲ ਜੀ ਔਰ ਲੁਧਿਆਣਾ ਪ੍ਰਾਈਡ ਵੈਲਫੇਅਰ ਫਾਊਂਡੇਸ਼ਨ ਦੇ ਪ੍ਰਧਾਨ ਚਾਰ ਸ਼੍ਰੀ ਅਮਿਤ ਅਰੋੜਾ ਜੀ ਜਿਸ ਪ੍ਰਕਾਰ ਸੇ ਪਹੁੰਚੇ, ਇਹਨਾਂ ਨੇ ਪਰਦੇ ਕੇ ਪਿੱਛੇ ਰਹਿ ਕਰ 100ਵੇਂ ਰਾਸ਼ਨ ਵਿਤਰਨ ਤੱਕ ਪਹੁੰਚਾਣੇ ਮੇਂ ਲੋਕ ਸੇਵਾ ਸੁਸਾਇਟੀ ਕਾ ਯੋਗਦਾਨ ਇਨਕਾ ਸਭਸੇ ਬੜਾ ਯੋਗਦਾਨ ਹੈ, ਤਾਂ ਮੈਂ ਲੋਕ ਸੇਵਾ ਸੁਸਾਇਟੀ ਕੀ ਔਰ ਸੇ ਗੋਲਡੀ ਜੀ ਕਾ ਔਰ ਅਮਿਤ ਅਰੋੜਾ ਜੀ ਕਾ ਤਹਿ ਦਿਲ ਸੇ ਧੰਨਵਾਦ ਕਰਤਾ ਹੂੰ। ਜਿਸ ਪ੍ਰਕਾਰ ਸੇ ਇਹਨਾਂ ਨੇ ਲਗਾਤਾਰ ਲੋਕ ਸੇਵਾ ਸੁਸਾਇਟੀ ਕੋ ਆਗੇ ਬਢਣੇ ਕੀ ਪ੍ਰੇਰਣਾ ਦੀ ਔਰ ਹਮੇਸ਼ਾ ਲੋਕ ਸੇਵਾ ਸੁਸਾਇਟੀ ਦਾ ਨੇਤਰਤਵ ਕੀਆ, ਤੋ ਇਸੀ ਪ੍ਰਕਾਰ ਸੇ ਚੇਅਰਪਰਸਨ ਸੰਤੋਸ਼ ਵੀਰ ਜੀ ਕੇ ਨੇਤਰਤਵ ਮੇਂ ਲੋਕ ਸੇਵਾ ਸੁਸਾਇਟੀ ਆਪਣਾ ਸੇਵਾ ਕਾਰਜ ਜਾਰੀ ਰੱਖੇਗੀ। ਜੈ ਸ਼੍ਰੀ ਰਾਮ।